ਹਾਂਜੀ ਪਿਆਰੇ ਵਿਦਿਆਰਥੀਓ ਅੱਜ ਆਪਾਂ ਆਪਣੀ 10ਵੀਂ ਕਲਾਸ ਦੀ ਅਗਲੀ ਵਰਕਸ਼ੀਟ ਕਰਨ ਜਾ ਰਹੇ ਹਾਂ ਪਾਠ ਨੰਬਰ 7 ਕਾਬੂ ਅਤੇ ਤਾਲਮੇਲ ਹਾਂਜੀ ਬੱਚੇ ਦੇਖੋ ਪਹਿਲਾ ਪ੍ਰਸ਼ਨ ਨਿਊਰਨ ਉੱਪਰ ਮੌਜੂਦ ਤਾਗੇ ਵਰਗੀਆਂ ਰਚਨਾਵਾਂ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਬੱਚੇ ਨਿਊਰੋਨ ਉੱਪਰ ਮੌਜੂਦ ਜਿਹੜੀਆਂ ਤਾਗੇ ਵਰਗੀਆਂ ਰਚਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਬੱਚੇ ਉਹ ਹੁੰਦੀਆਂ ਨੇ ਡੈਂਡਰਾਈਟਸ ਹਾਂਜੀ ਅਗਲਾ ਪ੍ਰਸ਼ਨ ਹੈ ਦਿਮਾਗ ਦਾ ਕਿਹੜਾ ਭਾਗ ਦੋ ਬਰਾਬਰ ਹਿੱਸਿਆਂ ਅਰਧ ਗੋਲਿਆਂ ਵਿੱਚ ਵੰਡਿਆ ਜਾ ਸਕਦਾ ਹੈ ਹਾਂਜੀ ਬੱਚੇ ਦਿਮਾਗ ਦਾ ਜਿਹੜਾ ਭਾਗ ਦੋ ਬਰਾਬਰ ਹਿੱਸਿਆਂ ਅਰਧ ਗੋਲਿਆਂ ਵਿੱਚ ਵੰਡਿਆ ਜਾ ਸਕਦਾ ਹੈਗਾ ਉਹ ਹੈਗਾ ਅਗਲਾ ਦਿਮਾਗ ਆਪਸ਼ਨ ਆੜਾ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਨਾੜੀ ਵਿੱਚ ਮੌਜੂਦ ਦੋ ਲਾਗਵੇਂ ਨਿਊਰੋਨਾਂ ਦੇ ਸੰਪਰਕ ਵਾਲੇ ਖੇਤਰ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਨਾੜੀ ਵਿੱਚ ਮੌਜੂਦ ਦੋ ਲਾਗਵੇ ਨਿਊਰੋਨਾਂ ਦੇ ਸੰਪਰਕ ਵਾਲੇ ਖੇਤਰ ਨੂੰ ਕੀ ਕਹਿੰਦੇ ਆ ਬੱਚੇ ਸੀ ਉਹ ਹੁੰਦਾ ਹੈ ਸਾਈਨੈਪਸ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਇਹਨਾਂ ਵਿੱਚੋਂ ਕਿਹੜਾ ਸਿਗਨਲ ਨੂੰ ਦਿਮਾਗ ਤੋਂ ਅੰਗਾਂ ਵੱਲ ਲੈ ਕੇ ਆਉਂਦਾ ਹੈ ਹਾਂਜੀ ਸਿਗਨਲ ਨੂੰ ਦਿਮਾਗ ਤੋਂ ਅੰਗਾਂ ਵੱਲ ਕੌਣ ਲੈ ਕੇ ਆਉਂਦਾ ਬੱਚੇ ਉਹ ਹੁੰਦਾ ਹੈਗਾ ਪ੍ਰੇਰਕ ਨਿਊਰੋਨ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਪ੍ਰਤੀਵਰਤੀ ਕਿਰਿਆਵਾਂ ਕਿਸ ਦੁਆਰਾ ਕੰਟਰੋਲ ਕੀਤੀਆਂ ਜਾਂਦੀਆਂ ਹਨ ਹਾਂਜੀ ਬੱਚੇ ਪ੍ਰਤੀਵਰਤੀ ਕਿਰਿਆਵਾਂ ਨੇ ਜਿਹੜੀਆਂ ਇਹ ਕਿਸ ਦੁਆਰਾ ਕੰਟਰੋਲ ਕੀਤੀਆਂ ਜਾਂਦੀਆਂ ਨੇ ਬੱਚੇ ਇਹ ਹੁੰਦੀਆਂ ਨੇ ਸੁਖਮਣਾ ਨਾੜੀ ਦੁਆਰਾ ਕੰਟਰੋਲ ਕੀਤੀਆਂ ਜਾਂਦੀਆਂ ਨੇ ਹਾਂਜੀ ਅਗਲਾ ਪ੍ਰਸ਼ਨ ਹੈ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਣ ਲਈ ਇਨ੍ਹਾਂ ਵਿੱਚੋਂ ਕਿਸ ਦੀ ਵਰਤੋਂ ਹੁੰਦੀ ਹੈ ਹਾਂਜੀ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਣ ਲਈ ਕਿਸ ਦੀ ਵਰਤੋਂ ਹੁੰਦੀ ਹੈ ਬੱਚੇ ਇਹ ਹੈ ਹਾਈਪੋਥੈਲਮਸ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਪੌਦਿਆਂ ਵਿੱਚ ਕਾਬੂ ਅਤੇ ਤਾਲਮੇ ਲਈ ਇਹਨਾਂ ਵਿੱਚੋਂ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ ਐਂਜ਼ਾਈਮ ਦਿਮਾਗ ਹਾਰਮੋਨ ਜਾਂ ਸਖਮਣਾ ਨਾੜੀ ਤਾਂ ਬੱਚੇ ਪੌਦਿਆਂ ਵਿੱਚ ਕਾਬੂ ਅਤੇ ਤਾਲਮੇ ਦਾ ਜਿਹੜਾ ਕਿੰਨਾ ਦੁਆਰਾ ਕੀਤਾ ਜਾਂਦਾ ਬੱਚੇ ਇਹ ਹੁੰਦਾਗਾ ਪੌਦਾ ਹਾਰਮੋਨ ਦੁਆਰਾ ਤਾਂ ਇਸ ਲਈ ਸਹੀ ਜਵਾਬ ਕੀ ਆਜੂਗਾ ਹਾਰਮੋਨ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਨਿਊਰੋਨ ਦੇ ਐਕਸੋਨ ਉੱਪਰ ਮੌਜੂਦ ਪਰਤ ਨੂੰ ਡੈਸ਼ ਕਿਹਾ ਜਾਂਦਾ ਹੈ ਹਾਂਜੀ ਨਿਊਰੋਨ ਦੇ ਐਕਸਨ ਉੱਪਰ ਮੌਜੂਦ ਪਰਤ ਨੂੰ ਕੀ ਕਹਿੰਦੇ ਆ ਬੱਚੇ ਮਾਈਲੀਨ ਸ਼ੀਥ ਆਪਸ਼ਨ ਉੜਾ ਹਾਂਜੀ ਅਗਲਾ ਪ੍ਰਸ਼ਨ ਹੈ ਪੌਦਿਆਂ ਵਿੱਚਲੇ ਵਾਧੇ ਲਈ ਜ਼ਿੰਮੇਵਾਰ ਇੱਕ ਹਾਰਮੋਨ ਦਾ ਨਾਮ ਹੈ ਹਾਂਜੀ ਪੌਦਿਆਂ ਵਿੱਚ ਵਾਧੇ ਲਈ ਜ਼ਿੰਮੇਵਾਰ ਜਿਹੜਾ ਹਾਰਮੋਨ ਹੈ ਉਹਦਾ ਕੀ ਨਾਮ ਹੈ ਬੱਚੇ ਸਾਈਟੋਕਾਇਨਿਨ ਆਪਸ਼ਨ ਅੜਾ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਸਰੀਰ ਦਾ ਢਾਂਚਾ ਅਤੇ ਸੰਤੁਲਨ ਦਿਮਾਗ ਦੇ ਕਿਸ ਭਾਗ ਦੁਆਰਾ ਕੰਟਰੋਲ ਹੁੰਦਾ ਹੈ ਹਾਂਜੀ ਸਰੀਰ ਦਾ ਢਾਂਚਾ ਅਤੇ ਸੰਤੁਲਨ ਦਿਮਾਗ ਦੇ ਕਿਸ ਭਾਗ ਦੁਆਰਾ ਕੰਟਰੋਲ ਹੁੰਦਾ ਹੈ ਉਹ ਹੁੰਦਾ ਬੱਚੇ ਸੈਰੀਬੈਲਮ ਦੁਆਰਾ ਆਪਸ਼ਨ ਆੜਾ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਤਾਣੇ ਦੀ ਪ੍ਰਕਾਸ਼ਵਲ ਗਤੀ ਲਈ ਜ਼ਿੰਮੇਵਾਰ ਡੈਸ਼ ਹੈ ਭੂਮੀ ਅਨੁਵਰਤਨ ਜਲੀ ਅਨੁਵਰਤਨ ਰਸਾਇਣਿਕ ਅਨੁਵਰਤਨ ਜਾਂ ਪ੍ਰਕਾਸ਼ੀ ਅਨੁਵਰਤਨ ਤਾਂ ਬੱਚੇ ਤਾਣੇ ਦੀ ਪ੍ਰਕਾਸ਼ਵਲ ਗਤੀ ਲਈ ਜ਼ਿੰਮੇਵਾਰ ਕੌਣ ਹੈ ਪ੍ਰਕਾਸ਼ੀ ਅਨੁਵਰਤਨ ਆਪਸ਼ਨ ਸਸਾ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਹਾਂਜੀ ਅਗਲਾ ਪ੍ਰਸ਼ਨ ਹੈ ਐਬਸੈਸਿਕ ਐਸਿਡ ਦਾ ਪੌਦਿਆਂ ਵਿੱਚ ਮੁੱਖ ਕੰਮ ਕਿਹੜਾ ਹੈ ਹਾਂਜੀ ਐਬਸੈਸਿਕ ਐਸਿਡ ਦਾ ਪੌਦਿਆਂ ਦੇ ਵਿੱਚ ਮੁੱਖ ਕੰਮ ਕੀ ਹੈਗਾ ਇਹ ਬੱਚੇ ਪੌਦੇ ਦੇ ਵਾਧੇ ਨੂੰ ਰੋਕਦਾ ਹੈ ਤਾਂ ਸਹੀ ਜਵਾਬ ਹੈ ਪੌਦੇ ਦੇ ਵਾਧੇ ਨੂੰ ਰੋਕਣਾ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਆਇਓਡੀਨ ਕਿਸ ਹਾਰਮੋਨ ਦੇ ਨਿਰਮਾਣ ਲਈ ਜ਼ਰੂਰੀ ਹੈ ਹਾਂਜੀ ਆਇਓਡੀਨ ਕਿਸ ਹਾਰਮੋਨ ਦੇ ਨਿਰਮਾਣ ਲਈ ਜ਼ਰੂਰੀ ਹੈ ਬੱਚੇ ਇਹ ਹੈ ਥਾਇਰੋਕਸਿਨ ਆਪਸ਼ਨ ਆੜਾ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਹੇਠਾਂ ਵਿੱਚੋਂ ਕਿਹੜਾ ਸਹੀ ਮਿਲਾਨ ਨਹੀਂ ਹੈ ਟੈਸਟੋਸਟੀਰੋਨ ਪਤਾਲੂ ਐਸਟ੍ਰੋਜਨ ਓਵਰੀ ਥਾਇਰੋਕਸਿਨ ਥਾਇਰੋਇਡ ਗ੍ਰੰਥੀ ਐਡਰਨਲ ਪਿਚਿਊਟਰੀ ਗ੍ਰੰਥੀ ਤਾਂ ਬੱਚੇ ਇਹਦੇ ਵਿੱਚੋਂ ਜਿਹੜੀ ਆਪਸ਼ਨ ਸ ਸ ਹੈ ਐਡਰਨਲ ਪਿਚਿਊਟਰੀ ਗ੍ਰੰਥੀ ਤਾਂ ਬੱਚੇ ਇਹ ਮਿਲਾਨ ਸਹੀ ਨਹੀਂ ਹੈ ਤਾਂ ਚੌਥਾ ਉੱਤਰ ਕੀ ਆ ਜੂਗਾ ਆਪਸ਼ਨ ਸ ਹਾਂਜੀ ਬੱਚੇ ਅਗਲਾ ਪ੍ਰਸ਼ਨ ਦੇਖੋ ਅੰਡਜਵਲ ਨੂੰ ਪ੍ਰਾਗ ਨਲੀ ਦਾ ਵਾਧਾ ਕਿਸ ਅਨੁਵਰਤਨ ਦੇ ਉਦਾਹਰਣ ਹੈ ਜਲਿਉਨਵਰਤਨ ਰਸਾਇਣਿਕ ਅਨੁਵਰਤਨ ਭੌਤ ਅਨੁਵਰਤਨ ਜਾਂ ਪ੍ਰਕਾਸ਼ੀ ਅਨੁਵਰਤਨ ਤਾਂ ਬੱਚੇ ਅੰਡਜਵਲ ਨੂੰ ਪ੍ਰਾਗ ਨਰੀ ਦਾ ਵਾਧਾ ਕਿਸ ਅਨੁਵਰਤਨ ਦੀ ਉਦਾਹਰਣ ਹੈ ਇਹ ਹੈ ਬੱਚੇ ਰਸਾਇਣਿਕ ਅਨੁਵਰਤਨ ਆਪਸ਼ਨ ਆੜਾ ਹਾਂਜੀ ਅਗਲਾ ਪ੍ਰਸ਼ਨ ਹੈ ਸਰੀਰ ਵਿੱਚ ਲੀਆਂ ਹੋਣ ਵਾਲੀਆਂ ਅਣਇਛਤ ਕਿਰਿਆਵਾਂ ਦਿਮਾਗ ਦੇ ਕਿਸ ਭਾਗ ਦੁਆਰਾ ਕਾਬੂ ਹੁੰਦੀਆਂ ਹਨ ਹਾਂਜੀ ਸਰੀਰ ਵਿੱਚ ਹੋਣ ਵਾਲੀਆਂ ਅਣਇਛਤ ਕਿਰਿਆਵਾਂ ਜਿਹੜੀਆਂ ਇਹ ਦਿਮਾਗ ਦੇ ਕਿਸ ਭਾਗ ਦੁਆਰਾ ਕਾਬੂ ਹੁੰਦੀਆਂ ਨੇ ਬੱਚੇ ਇਹ ਹੁੰਦਾਗਾ ਪਿਛਲੇ ਦਿਮਾਗ ਵਿੱਚ ਮੈਡੂਲਾ ਦੁਆਰਾ ਆਪਸ਼ਨ ਈਡੀ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਹਾਂਜੀ ਅਗਲਾ ਪ੍ਰਸ਼ਨ ਹੈ। ਹੀਠ ਦਿੱਤਿਆਂ ਵਿੱਚੋਂ ਕਿਹੜੀ ਅਣਇਛਤ ਕਿਰਿਆ ਨਹੀਂ ਹੈ? ਉਲਟੀ ਦਾ ਆਉਣਾ, ਮੂੰਹ ਵਿੱਚ ਲਾਰ ਦਾ ਬਣਨਾ, ਦਿਲ ਦਾ ਧੜਕਣਾ। ਤੇ ਚੌਥਾ ਹੈਗਾ ਚਬਾਉਣਾ। ਤਾਂ ਬੱਚੇ ਇਹਨਾਂ ਦੇ ਵਿੱਚੋਂ ਦੇਖੋ ਉਲਟੀ ਦਾ ਆਉਣਾ, ਮੂੰਹ ਵਿੱਚ ਲਾਰ ਦਾ ਬਣਨਾ ਤੇ ਦਿਲ ਦਾ ਧੜਕਣਾ ਇਹ ਸਾਰੀਆਂ ਹੀ ਅਣਇਛਤ ਕਿਰਿਆਵਾਂ ਨੇ। ਤਾਂ ਇਹਨਾਂ ਦੇ ਵਿੱਚੋਂ ਜਿਹੜੀ ਅਣਇੱਛਤ ਕਿਰਿਆ ਨਹੀਂ ਹੈ ਉਹ ਹੈ ਬੱਚੇ ਚਬਾਉਣਾ ਆਪਸ਼ਨ ਸਸਾ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਡਾਕਟਰ ਇੱਕ ਮਰੀਜ਼ ਨੂੰ ਇਨਸੂਲਿਨ ਦਾ ਟੀਕਾ ਲਗਾਉਣ ਦੀ ਸਲਾਹ ਦਿੰਦਾ ਹੈ ਕਿਉਂਕਿ ਮਰੀਜ਼ ਦੇ ਖੂਨ ਦਾ ਦਬਾਅ ਘੱਟ ਹੈ ਮਰੀਜ਼ ਦਾ ਦਿਲ ਹੌਲੀ-ਹੌਲੀ ਧੜਕ ਰਿਹਾ ਹੈ ਮਰੀਜ਼ ਨੂੰ ਗਿੱਲੜ ਬਿਮਾਰੀ ਹੋਣ ਕਰਕੇ ਜਾਂ ਮਰੀਜ਼ ਦੇ ਖੂਨ ਵਿੱਚ ਖੰਡ ਦਾ ਲੈਵਲ ਵੱਧ ਹੋਣ ਕਰਕੇ ਹਾਂਜੀ ਬੱਚੇ ਮਰੀਜ਼ ਨੂੰ ਇਨਸੂਲਿਨ ਦਾ ਟੀਕਾ ਕਿਉਂ ਲਗਾਇਆ ਜਾਂਦਾ ਹੈਗਾ ਮਰੀਜ਼ ਦੇ ਖੂਨ ਵਿੱਚ ਖੰਡ ਦਾ ਲੈਵਲ ਵੱਧ ਹੋਣ ਕਾਰਨ ਤਾਂ ਸਹੀ ਜਵਾਬ ਹੈ ਆਪਸ਼ਨ ਸ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਹਾਂਜੀ ਅਗਲਾ ਪ੍ਰਸ਼ਨ ਹੈ ਨਾੜੀ ਸੈੱਲ ਵਿੱਚ ਸੂਚਨਾ ਕਿਸ ਦਿਸ਼ਾ ਵਿੱਚ ਚਲਦੀ ਹੈ ਹਾਂਜੀ ਬੱਚੇ ਨਾੜੀ ਸੈੱਲ ਵਿੱਚ ਸੂਚਨਾ ਜਿਹੜੀ ਕਿਸ ਦਿਸ਼ਾ ਚਲਦੀ ਹੈ ਪਹਿਲਾਂ ਡੈਂਡਰਾਈਟ ਦੇ ਵਿੱਚ ਆਉਂਦੀ ਹੈ ਫਿਰ ਸੈੱਲ ਬੋਡੀ ਤੇ ਫਿਰ ਐਕਸੋਨ ਦੇ ਵਿੱਚ ਤਾਂ ਇਸ ਦਾ ਸਹੀ ਜਵਾਬ ਹੈ ਆਪਸ਼ਨ ਈਡੀ ਪਹਿਲਾਂ ਡੈਂਡਰਾਈਟ ਦੇ ਵਿੱਚ ਸੂਚਨਾ ਆਉਂਦੀ ਹੈ ਫਿਰ ਸੈੱਲ ਬੋਡੀ ਦੇ ਵਿੱਚ ਫਿਰ ਐਕਸੋਨ ਦੇ ਵਿੱਚ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਜੜਾਂ ਦੀ ਪ੍ਰਕਾਸ਼ ਤੋਂ ਦੂਰ ਜਾਣ ਦੀ ਗਤੀ ਕਿਸ ਦੀ ਉਦਾਹਰਣ ਹੈ ਹਾਂਜੀ ਜੜਾਂ ਨੇ ਬੱਚੇ ਜਿਹੜੀਆਂ ਇਹ ਪ੍ਰਕਾਸ਼ ਦੀ ਦਿਸ਼ਾ ਪ੍ਰਕਾਸ਼ ਤੋਂ ਉਲਟ ਦਿਸ਼ਾ ਦੇ ਵਿੱਚ ਜਾਂਦੀਆਂ ਨੇ ਤਾਂ ਇਸ ਦੀ ਜੜਾਂ ਦੀ ਪ੍ਰਕਾਸ਼ ਤੋਂ ਦੂਰ ਜਾਣ ਦੀ ਗਤੀ ਕਿਸ ਦੀ ਉਦਾਹਰਣ ਹੈ ਰਿਣਾਤਮਕ ਪ੍ਰਕਾਸ਼ੀ ਅਨੁਵਰਤਨ ਆਪਸ਼ਨ ਊੜਾ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਹਾਂਜੀ ਅਗਲਾ ਪ੍ਰਸ਼ਨ ਹੈ ਕਈ ਵਿਅਕਤੀਆਂ ਦਾ ਕਦ 24-25 ਸਾਲ ਦੇ ਹੋਣ ਉਪਰੰਤ ਵੀ ਛੋਟਾ ਰਹਿ ਜਾਂਦਾ ਹੈ। ਅਜਿਹਾ ਉਹਨਾਂ ਦੇ ਸਰੀਰ ਵਿੱਚ ਕਿਸ ਕਮੀ ਕਾਰਨ ਹੁੰਦਾ ਹੈ? ਹਾਂਜੀ ਬੱਚੇ ਜਦੋਂ ਕਿਸੇ ਵਿਅਕਤੀ ਦਾ ਕੱਦ 24-25 ਸਾਲ ਦਾ ਹੋਣ ਦੇ ਬਾਅਦ ਵੀ ਛੋਟਾ ਰਹਿ ਜਾਂਦਾ ਹੈ ਤਾਂ ਦਾ ਕੀ ਕਾਰਨ ਹੋ ਸਕਦਾ ਬੱਚੇ? ਵਾਧੇ ਹਾਰਮੋਨਾਂ ਦੀ ਕਮੀ ਕਾਰਨ ਤਾਂ ਉਹਨਾਂ ਦੇ ਸਰੀਰ ਵਿੱਚ ਵਾਧਾ ਹਾਰਮੋਨ ਜਿਹੜਾ ਉਹਦੀ ਕਮੀ ਹੋਣ ਕਰਕੇ ਉਹਨਾਂ ਦਾ ਕੱਦ ਜਿਹੜਾ ਉਹ ਛੋਟਾ ਰਹਿ ਜਾਂਦਾ ਹੈ। ਤਾਂ ਸਹੀ ਜਵਾਬ ਹੈ ਆਪਸ਼ਨ ਆੜਾ। ਵਾਦੇ ਹਾਰਮੋਨਾਂ ਦੀ ਕਮੀ ਕਾਰਨ ਹਾਂਜੀ ਅਗਲਾ ਪ੍ਰਸ਼ਨ ਦੇਖੋ ਛੂਈ ਮੂਈ ਦਾ ਪੌਦਾ ਹੱਥ ਲਗਾਉਣ ਤੇ ਆਪਣੇ ਪੱਤਿਆਂ ਨੂੰ ਬੰਦ ਕਰ ਲੈਂਦਾ ਹੈ ਇਹ ਉਸ ਦੁਆਰਾ ਕਿਸ ਕਾਰਨ ਵਾਪਰਦਾ ਹੈ ਪ੍ਰਕਾਸ਼ੀ ਅਨੁਵਰਤਨ ਕਾਰਨ ਅਣ ਸੁਖਾਵੀਆਂ ਗਤੀਆਂ ਕਾਰਨ ਰਸਾਇਣਿਕ ਅਨੁਵਰਤਨ ਕਾਰਨ ਜਾਂ ਪੌਂ ਅਨੁਵਰਤਨ ਕਾਰਨ ਕਬੱਟੇ ਛੂਈ ਮੂਈ ਦਾ ਪੌਦਾ ਹੱਥ ਲਗਾਉਣ ਤੇ ਆਪਣੇ ਪੱਤੇ ਨੂੰ ਬੰਦ ਕਰ ਲੈਂਦਾ ਹੈ ਤਾਂ ਇਹ ਕਿਸ ਕਾਰਨ ਵਾਪਰਦਾ ਹੈ ਅਣ ਸੁਖਾਵੀਆਂ ਗਤੀਆਂ ਕਾਰਨ ਆਪਸ਼ਨ ਆੜਾ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਡਾਕਟਰ ਵੱਲੋਂ ਨਰੀਖਣ ਕਰਨ ਉਪਰੰਤ ਪਤਾ ਲੱਗਾ ਕਿ ਰਮੇਸ਼ ਗਿੱਲੜ ਰੋਗ ਨਾਲ ਪੀੜਿਤ ਹੈ ਡਾਕਟਰ ਨੇ ਉਸ ਨੂੰ ਕੀ ਕਰਨ ਦੀ ਸਲਾਹ ਦਿੱਤੀ ਹੋਵੇਗੀ ਉਸ ਨੂੰ ਇਨਸੂਲਿਨ ਦਾ ਟੀਕਾ ਲਗਾਉਣਾ ਚਾਹੀਦਾ ਹੈ ਗਰਦਨ ਦੀ ਮਾਲਿਸ਼ ਕਰਨੀ ਚਾਹੀਦੀ ਹੈ ਆਇਓਡੀਨ ਯੁਕਤ ਨਮਕ ਖਾਣਾ ਚਾਹੀਦਾ ਹੈ ਇਹ ਰੋਗ ਆਪੇ ਠੀਕ ਹੋ ਜਾਵੇਗਾ ਤਾਂ ਬੱਚੇ ਦੇਖੋ ਅ ਰਮੇਸ਼ ਨੂੰ ਗਿੱਲਰ ਰੋਗ ਹੈ ਤਾਂ ਡਾਕਟਰ ਉਸ ਨੂੰ ਕੀ ਕਰਨ ਦੀ ਸਲਾਹ ਦਿੱਤੀ ਹੋਏਗੀ ਆਇਓਡੀਨ ਯੁਕਤ ਨਮਕ ਖਾਣਾ ਚਾਹੀਦਾ ਹੈ ਆਪਸ਼ਨ ਈਡੀ ਤਾਂ ਰਮੇਸ਼ ਨੂੰ ਆਇਓਡੀਨ ਯੁਕਤ ਨਮਕ ਖਾਣਾ ਚਾਹੀਦਾ ਹੈ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਹਾਂਜੀ ਅਗਲਾ ਪ੍ਰਸ਼ਨ ਹੈ 10-12 ਸਾਲ ਦੀ ਉਮਰ ਵਿੱਚ ਮੁੰਡੇ ਕੁੜੀਆਂ ਵਿੱਚ ਕਈ ਸਰੀਰਕ ਪਰਿਵਰਤਨ ਹੁੰਦੇ ਹਨ ਇਸ ਦਾ ਟੁਕਮਾ ਕਾਰਨ ਕੀ ਹੈ 10-12 ਸਾਲ ਦੇ ਮੁੰਡੇ ਕੁੜੀਆਂ ਸਿਆਣੇ ਹੋ ਜਾਂਦੇ ਹਨ ਇਸ ਉਮਰ ਵਿੱਚ ਦੁੱਧ ਪੀਣਾ ਛੱਡਣ ਕਾਰਨ ਹਾਰਮੋਨਾਂ ਦੇ ਰਿਸਾਵ ਕਾਰਨ ਜਾਂ ਅਜਿਹਾ ਕੋਈ ਪਰਿਵਰਤਨ ਨਹੀਂ ਹੁੰਦਾ ਤਾਂ ਦੇਖੋ ਬੱਚੇ 10 12 ਸਾਲ ਦੀ ਉਮਰ ਵਿੱਚ ਮੁੰਡੇ ਕੁੜੀਆਂ ਵਿੱਚ ਕਈ ਸਰੀਰਕ ਪਰਿਵਰਤਨ ਹੁੰਦੇ ਨੇ ਇਹ ਕਿਸ ਕਾਰਨ ਹੁੰਦੇ ਨੇ ਹਾਰਮੋਨਾਂ ਦੇ ਰਿਸਾਵ ਕਾਰਨ ਆਪਸ਼ਨ ਈਡੀ ਹਾਂਜੀ ਅਗਲਾ ਪ੍ਰਸ਼ਨ ਦੇਖੋ ਹਾਂਜੀ ਅਗਲਾ ਪ੍ਰਸ਼ਨ ਹੈ ਹੇਠ ਦਿੱਤੇ ਕਥਨ ਵਿੱਚੋਂ ਕਿਹੜਾ ਕਥਨ ਥਾਇਰੌਕਸਿਨ ਦੇ ਸੰਬੰਧ ਵਿੱਚ ਸਹੀ ਨਹੀਂ ਹੈ ਥਾਇਰੋਇਡ ਗ੍ਰੰਥੀ ਆਇਓਡੀਨ ਦੀ ਮਦਦ ਨਾਲ ਥਾਇਰੌਕਸਿਨ ਦਾ ਨਿਰਮਾਣ ਕਰਦੀ ਹੈ ਥਾਇਰੌਕਸਿਨ ਨੂੰ ਥਾਇਰੋਇਡ ਹਾਰਮੋਨ ਵੀ ਕਿਹਾ ਜਾਂਦਾ ਹੈ ਥਾਇਰੌਕਸਿਨ ਸਰੀਰ ਵਿੱਚ ਕਾਰਬੋਹਾਈਡਰੇਟ ਪ੍ਰੋਟੀਨ ਅਤੇ ਚਰਬੀ ਦੀ ਢਾ ਉਸਾਰੂ ਕਿਰਿਆ ਕੰਟਰੋਲ ਕਰਦਾ ਹੈ ਇਸ ਦੀ ਕਮੀ ਨਾਲ ਗਿੱਲੜ ਰੋਗ ਹੁੰਦਾ ਹੈ ਤਾਂ ਦੇਖੋ ਬੱਚੇ ਇਹਨਾਂ ਸਾਰੀਆਂ ਆਪਸ਼ਨਾਂ ਦੇ ਵਿੱਚੋਂ ਤਕਰੀਬਨ ਇਹ ਸਾਰੀਆਂ ਆਪਸ਼ਨਾਂ ਹੀ ਥਾਇਰੌਕਸਿਨ ਦੇ ਲਈ ਸਹੀ ਲੱਗ ਰਹੀਆਂ ਨੇ ਪਰ ਇਹਦੇ ਵਿੱਚੋਂ ਜਿਹੜਾ ਕਥਨ ਸਹੀ ਨਹੀਂ ਹੈ ਥਾਇਰੌਕਸਿਨ ਦੇ ਲਈ ਉਹ ਹੈ ਥਾਇਰੌਕਸਿਨ ਨੂੰ ਥਾਇਰੋਇਡ ਹਾਰਮੋਨ ਵੀ ਕਿਹਾ ਜਾਂਦਾ ਹੈ ਤਾਂ ਬੱਚੇ ਇਹਦੇ ਵਿੱਚੋਂ ਇਹ ਜਿਹੜਾ ਕਥਨ ਹੈ ਗਲਤ ਹੈ ਕਿਉਂਕਿ ਇਕੱਲੇ ਥਾਇਰੌਕਸਿਨ ਨੂੰ ਥਾਇਰੋਇਡ ਹਾਰਮੋਨ ਨਹੀਂ ਕਿਹਾ ਜਾਂਦਾ ਇਸ ਦੇ ਵਿੱਚ ਥਾਇਰੋਕਸਿਨ T4 ਅਤੇ ਟ੍ਰਾਈਡੋਥਾਇਰੋਨਾਈਨ T3 ਸਮੂਹਿਕ ਤੌਰ ਤੇ ਥਾਇਰੋਇਡ ਹਾਰਮੋਨ ਬਣਾਉਂਦੇ ਹਨ ਜਦਕਿ ਇੱਥੇ ਸਿਰਫ ਲਿਖਿਆ ਕਿ ਇਕੱਲਾ ਥਾਇਰੋਕਸਿਨ ਨੂੰ ਥਾਇਰੋਇਡ ਹਾਰਮੋਨ ਕਿਹਾ ਜਾਂਦਾ ਹੈ ਤਾਂ ਬੱਚੇ ਇਸ ਲਈ ਇਹ ਕਥਨ ਹੈ ਜਿਹੜਾ ਇਹ ਸਹੀ ਨਹੀਂ ਹੈ ਤਾਂ ਬੱਚੇ ਇਹ ਸੀ ਆਪਣਾ ਅੱਜ 10ਵੀਂ ਕਲਾਸ ਦਾ ਚੈਪਟਰ ਕਾਬੂ ਅਤੇ ਤਾਲਮੇਲ ਤਾਂ ਬੱਚੇ ਉਮੀਦ ਕਰਦੇ ਆ ਕਿ ਤੁਹਾਨੂੰ ਇਸ ਚੈਪਟਰ ਦੀਆਂ ਜਿਹੜੀਆਂ ਵਰਕਸ਼ੀਟ ਹੈ ਇਦੇ ਸਾਰੇ ਮਲਟੀਪਲ ਕੁਐਸਚਨ ਮਲਟੀਪਲ ਚੁਆਇਸ ਕੁਐਸਚਨ ਦੇ ਸਹੀ ਉੱਤਰ ਪਤਾ ਲੱਗੇ ਹੋਣਗੇ ਤਾਂ ਬੱਚੇ ਅੱਜ ਦੀ ਇਸ ਵੀਡੀਓ ਨੂੰ ਦੇਖਣ ਦੇ ਲਈ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ